ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ, ਮੈਂ ਜਸੀਮਾ। ਵਕਤ ਨਾਲ ਚੱਲਣਾ ਜ਼ਰੂਰੀ ਚਾਹੀਦਾ ਹੈ, ਪਰ ਵਕਤ ਦੇ ਨਾਲ ਨਾਲ ਆਪਣੇ ਆਪ ਨੂੰ ਵਕਤ ਅਨੁਸਾਰ ਬਦਲਣਾ ਵੀ ਚਾਹੀਦਾ, ਕਿਉਂਕਿ ਜਦੋਂ ਅਸੀਂ ਆਪਣੇ 'ਚ ਬਦਲਾਵ ਕਰਦੇ ਹਾਂ ਤਾਂ ਹੀ ਵਕਤ ਅਨੁਸਾਰ ਚੱਲ ਕੇ ਸਾਨੂੰ ਸਹੀ ਨਤੀਜੇ ਅਤੇ ਸਹੀ ਸੋਚ ਨਾਲ ਕੀਤੇ ਗਏ ਕੰਮ ਸਹੀ ਰਿਜ਼ਲਟ ਦਿੰਦੇ ਆ। ਠੀਕ ਹੈ ਜੀ, ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਜਾਣਾਂਗੇ ਪੰਚਾਂਗ ਅਤੇ ਉਸ ਪੰਚਾਂਗ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ। ਪ੍ਰੋਗਰਾਮ ਦੇ ਅਖੀਰ ਵਿੱਚ ਹਮੇਸ਼ਾ ਦੀ ਤਰ੍ਹਾਂ ਵਾਸਤੂ ਟਿੱਪ ਵੀ ਦੱਸਾਂਗੇ। ਅੱਜ 10 ਅਪ੍ਰੈਲ 2024 ਦਿਨ ਹੈ ਜੀ, ਬੁੱਧਵਾਰ ਦਾ। ਤਿਥੀ ਦੀ ਗੱਲ ਕੀਤੀ ਜਾਵੇ ਤਾਂ ਚੇਤਰ ਮਹੀਨੇ ਦਾ ਸ਼ੁਕਲ ਪੱਖ ਚੱਲ ਰਿਹਾ ਅਤੇ ਦੂਜ ਤਿਥੀ ਦਾ ਭਰਨੀ ਨਕਸ਼ੱਤਰ ਚੱਲੇਗਾ। ਭਰਨੀ ਨਕਸ਼ੱਤਰ ਵਿੱਚ ਚੰਦਰ ਮਹਾਰਾਜ ਅੱਜ ਮੇਸ਼ ਰਾਸ਼ੀ ਵਿੱਚ ਰਹਿਣਗੇ। ਮੇਸ਼ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਬ੍ਰਹਿਸਪਤ ਚੱਲ ਰਹੇ ਨੇ, ਯਾਨੀ ਕਿ ਬ੍ਰਹਿਸਪਤ ਚੰਦਰ ਦਾ ਗਜ ਕੇਸਰੀ ਯੋਗ ਰਹੇਗਾ। ਚੰਦਰਮਾ ਜੋ ਹੈ ਸ਼ੁੱਕਰ ਦੇ ਨਕਸ਼ੱਤਰ ਵਿੱਚ ਮੰਗਲ ਦੇ ਘਰ ਵਿੱਚ ਗੁਰੂ ਨਾਲ ਜੁੱਤੀ ਬਣਾ ਕੇ ਚੱਲਣਗੇ, ਅਤੇ ਨਾਲ ਜੋ ਸੂਰਜ ਬੁੱਧ ਅਤੇ ਸ਼ੁੱਕਰ ਰਾਹੂ ਦੀ ਜੁੱਤੀ ਹੈ ਉਹ ਹਜੇ ਮੀਨ ਰਾਸ਼ੀ ਵਿੱਚ ਬਣੀ ਹੋਈ ਹੈ, ਅਤੇ ਮੰਗਲ ਸ਼ਨੀ ਆਪਾਂ ਜਾਣਦੇ ਹੀ ਹਾਂ ਕੁੰਭ ਰਾਸ਼ੀ ਵਿੱਚ ਚੱਲਦੇ ਆ, ਅਤੇ ਰਾਹੂ ਕੇਤੂ ਚੱਲ ਰਹੇ ਆ ਕੰਨਿਆ ਅਤੇ ਮੀਨ ਰਾਸ਼ੀ। ਠੀਕ ਹੈ ਜੀ, ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਈਏ, 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ। ਇਸ ਟਾਈਮ 'ਤੇ ਚੱਲਦੇ ਕੰਮਾਂ ਦਾ ਕੋਈ ਵੀ ਵਹਿਮ ਨਹੀਂ ਹੈ, ਕੋਈ ਪਰਹੇਜ਼ ਨਹੀਂ ਹੈ, ਪਰ ਅਗਰ ਕੋਈ ਸ਼ੁਭ ਸ਼ਗਨ ਕਰਨਾ ਹੋਵੇ, ਕੋਈ ਸ਼ੁਭ ਕੰਮ ਕਰਨਾ ਹੋਵੇ, ਕੋਈ ਘਰ 'ਚ ਐਂਟਰੀ ਕਰਨੀ ਹੋਵੇ, ਕੋਈ ਨਵੀਂ ਚੀਜ਼ ਖਰੀਦਣੀ ਹੋਵੇ, ਤਾਂ ਥੋੜ੍ਹਾ ਜਿਹਾ ਸਮੇਂ 'ਚ ਰਾਹੂ ਕਾਲ ਨੂੰ ਜਾਂਚ ਲੈਣਾ ਚਾਹੀਦਾ। ਠੀਕ ਹੈ ਜੀ, ਅਤੇ ਹੁਣ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮਦਿਨ, ਸ਼ਾਦੀ ਦੀ ਸਾਲਗਿਰਾ, ਬਹੁਤ ਹੀ ਸ਼ੁਭ ਜਾਵੇ ਤੁਹਾਡਾ ਇਹ ਸਾਲ। ਇਹ ਦੁਆਵਾਂ ਹਰ ਜਗ੍ਹਾ 'ਤੇ ਲਓ, ਹਰ ਜ਼ਰੂਰਤਮੰਦ ਦੀ ਮਦਦ ਅਗਰ ਤੁਸੀਂ ਕਰ ਸਕਦੇ ਤਾਂ ਜ਼ਰੂਰ ਕਰੋ, ਪਰ ਆਪਣੇ ਆਲੇ ਦੁਆਲੇ ਸਭ ਤੋਂ ਪਹਿਲਾਂ ਆਪਣਿਆਂ ਦੀ ਮਦਦ ਕਰਨੀ ਚਾਹੀਦੀ ਹੈ ਨਾ। ਤੁਹਾਨੂੰ ਚੰਗਾ ਲੱਗਦਾ ਕਿ ਕਿਸੇ ਦੀ ਮਦਦ ਕਰਨੀ, ਕਿਸੇ ਦੀਆਂ ਕੋਈ ਭਾਵੇਂ ਜ਼ੁਬਾਨ ਤੋਂ ਬੋਲ ਕੇ ਦੁਆ ਦੇਵੇ ਨਾ ਦੇਵੇ, ਉਸਦੀਆਂ ਅੰਦਰਾਂ 'ਤੇ ਦੁਆਵਾਂ ਦੇ ਹੀ ਜਾਂਦੀਆਂ ਨੇ, ਅਤੇ ਉਹਨਾਂ ਦੀ ਚਿਹਰੇ ਦੀ ਖੁਸ਼ੀ ਤੁਹਾਨੂੰ ਕਾਫੀ ਲੰਬੇ ਸਮੇਂ ਤੱਕ ਯਾਦ ਰਹੇਗੀ। ਆਪਾਂ ਅੱਜ ਬੱਚਿਆਂ ਦੇ ਜਾਂ ਅਨਾਥ ਆਸ਼ਰਮ ਵਿੱਚ ਜਾ ਕੇ ਬੱਚਿਆਂ ਨੂੰ ਫਲ ਦੇਣੇ ਅੱਜ ਤੁਹਾਡੇ ਲਈ ਸ਼ੁਭਤਾ ਦੇਣਗੇ, ਅਤੇ ਉਹਨਾਂ ਨਾਲ ਬੈਠ ਕੇ ਥੋੜ੍ਹਾ ਟਾਈਮ ਵੀ ਸਪੈਂਡ ਕਰੋ, ਥੋੜ੍ਹਾ ਦੇਰ ਬੈਠੋ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ। ਜ਼ਰੂਰਤ ਅਨੁਸਾਰ ਟਾਈਮ ਕੱਢਣਾ ਜ਼ਰੂਰੀ ਹੋ ਜਾਂਦਾ ਹੈ, ਅਤੇ ਜਿੱਥੇ ਕੋਈ ਚੀਜ਼ ਕੰਮ ਨਹੀਂ ਆਉਂਦੀ ਉੱਥੇ ਦੁਆਵਾਂ ਕੰਮ ਆ ਜਾਂਦੀਆਂ ਨੇ, ਇਹ ਤਾਂ ਤੁਸੀਂ ਸਮਝਦਾਰ ਹੋ ਜਾਣਦੇ। ਠੀਕ ਹੈ ਜੀ, ਅਤੇ ਚਲੋ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਰਹੇ ਜ਼ਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਗੁਰੂ ਚੰਦਰ ਦਾ ਗਜ ਕੇਸਰੀ ਯੋਗ ਅਤੇ ਸ਼ੁੱਕਰ ਦਾ ਨਕਸ਼ੱਤਰ। ਸ਼ੁੱਕਰ ਜੋ ਹੈ ਭਰਨੀ ਨਕਸ਼ੱਤਰ, ਸ਼ੁੱਕਰ ਤੁਹਾਡੇ ਧਨ ਸਥਾਨ ਦਾ ਮਾਲਕ ਹੈ, ਅਤੇ ਇਸ ਲਈ ਧਨ ਕੰਮ ਕਾਰ ਲਈ ਸਿਤਾਰੇ ਹੋਏ ਸ਼ੁਭ। ਗੁਰੂ ਚੰਦਰ ਦਾ ਗਜ ਕੇਸਰੀ ਯੋਗ, ਲਗਨ ਵਿੱਚ ਬੈਠਾ ਹੋਇਆ ਚੰਦਰਮਾ ਅਤੇ ਗੁਰੂ, ਧਾਰਮਿਕ ਸੋਚ, ਸਾਤਵਿਕ ਸੋਚ ਰਹੇਗੀ, ਧਾਰਮਿਕ ਸਥਾਨ 'ਤੇ ਯਾਤਰਾ ਦਾ ਮਨ ਬਣੇਗਾ, ਅਤੇ ਇਹ ਯਾਤਰਾ ਤੁਹਾਡੇ ਲਈ ਸ਼ੁਭਕਾਰੀ ਵੀ ਰਹੇਗੀ, ਅਤੇ ਨਾਲ ਰਾਜਨੀਤੀ ਵਿੱਚ ਵੀ ਨੇਮ ਫੇਮ ਚਮਕਾਉਣ ਲਈ ਤੁਹਾਡੇ ਕੀਤੇ ਕੰਮ ਤੁਹਾਨੂੰ ਜੋ ਹੈ ਮਾਨ ਪ੍ਰਤਿਸ਼ਠਾ ਦੇਣਗੇ। ਗੁਰੂ ਚੰਦਰ ਦਾ ਗਜ ਕੇਸਰੀ ਯੋਗ ਸ਼ੁਭ ਫਲ ਦੇਵੇ, ਇਸ ਦੇ ਲਈ ਅੱਜ ਮਸਟਰਡ ਰੰਗ ਪਹਿਨੋ, ਪੀਲਾ ਰੰਗ ਪਹਿਨੋ, ਪੀਲੇ ਫੁੱਲ ਧਾਰਮਿਕ ਸਥਾਨ 'ਤੇ ਚੜਾਓ ਅਤੇ ਮਾਂ ਦਾ ਆਸ਼ੀਰਵਾਦ ਜ਼ਰੂਰ ਲਓ, ਜਿਸ ਨਾਲ ਚੰਦਰ ਲਗਨ ਵਿੱਚ ਸ਼ੁਭਤਾ ਦੇਵੇਗਾ। ਸ਼ੁਭ ਨੰਬਰ ਰਹੇਗਾ ਅੱਜ 7 ਨੰਬਰ। ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਸ਼ੁੱਕਰ ਦਾ ਨਕਸ਼ੱਤਰ ਮਿੱਤਰ ਹੀ ਹੈ, ਇਸ ਕਰਕੇ ਕੋਈ ਉਲਝੇਵਾਂ ਕਿਸੇ ਤਰ੍ਹਾਂ ਦਾ ਤੁਹਾਡਾ ਨੁਕਸਾਨ ਨਹੀਂ ਕਰ ਸਕੇਗਾ। ਨਾਲ ਹੀ ਘਰ ਤੋਂ ਨਿਕਲਦੇ ਸਮੇਂ, ਹਰ ਜਗ੍ਹਾ 'ਤੇ ਜਾਣ ਦੇ ਸਮੇਂ ਪਤਾਸੇ ਦਾ ਸੇਵਨ ਕਰਕੇ ਜਾਣਾ ਅਤੇ ਪਤਾਸੇ ਧਾਰਮਿਕ ਸਥਾਨ 'ਤੇ ਚੜਾਉਣਾ ਗੁਰੂ ਚੰਦਰ ਦੇ ਗਜ ਕੇਸਰੀ ਯੋਗ ਜੋ 12ਵੇਂ ਸਥਾਨ ਵਿੱਚ ਹੈ ਉਸਦੇ ਫਲ ਨੂੰ ਅੱਛਾ ਕਰੇਗਾ। ਨਾਲ ਹੀ
ਪ੍ਰਾਪਰਟੀ ਸੇਲ ਪਰਚੇਜ ਕਰਨ ਵਾਲਿਆਂ ਨੂੰ ਆ ਚੰਗਾ ਫਾਇਦਾ ਹੋ ਸਕਦਾ ਹੈ ਕਿਉਂਕਿ ਸ਼ੁੱਕਰ ਦਾ ਨਕਸ਼ਤਰ ਲਕਸ਼ਮੀ ਲਈ ਚੰਗਾ। ਤਾਂ ਕੀ ਕਰਨਾ ਜੀ, ਤੁਸੀਂ ਅੱਜ ਖਾਕੀ ਰੰਗ ਪਹਿਨਣਾ ਹੈ ਜਾਂ ਖਾਕੀ ਰੰਗ ਦਾ ਰੁਮਾਲ ਆਪਣੇ ਕੋਲ ਰੱਖਣਾ ਹੈ ਅਤੇ ਰਸੋਈ 'ਚ ਬੈਠ ਕੇ ਖਾਣਾ ਜ਼ਰੂਰ ਖਾਣਾ ਹੈ। ਸ਼ੁੱਭ ਰੰਗ ਤੁਹਾਡਾ ਖਾਕੀ ਹੈ ਅਤੇ ਸ਼ੁੱਭ ਨੰਬਰ ਰਹੇਗਾ ਅੱਜ 6 ਨੰਬਰ। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ, ਮਿਥੁਨ ਰਾਸ਼ੀ ਵਾਲਿਆਂ ਦੇ ਲਈ ਯਾਤਰਾ ਸ਼ੁਭਕਾਰੀ ਹੈ ਜੀ, ਘੁੰਮਣ ਫਿਰਨ ਦਾ ਮਨ ਬਣੇਗਾ। ਜੋ ਚੰਦਰਮਾ ਗੱਜ ਕੇ ਸ੍ਰੀ ਯੋਗ ਬਣਿਆ ਪਰ ਨਾਲ ਹੀ ਜੋ ਨਕਸ਼ਤਰ ਹੈ, ਜੋ ਨਕਸ਼ਤਰ ਚੱਲ ਰਿਹਾ ਹੈ ਉਹ ਵੀ ਮਿੱਤਰ ਹੀ ਹੈ ਸ਼ੁੱਕਰ ਦਾ ਹੈ ਅਤੇ ਸ਼ੁੱਕਰ ਤੁਹਾਡਾ ਮਿੱਤਰ ਹੈ, ਪਰ ਵਿਰੋਧੀਆਂ ਨੂੰ ਲੈ ਕੇ ਕੋਈ ਨਾ ਕੋਈ ਪਰੇਸ਼ਾਨੀ, ਐਲੀਗੇਸ਼ਨ ਤੋਂ ਮਤੋਂ ਬਚੋ। ਮਾਨਸਿਕ ਤੌਰ 'ਤੇ ਇਹ ਗੱਜ ਕੇ ਸ੍ਰੀ ਯੋਗ ਹਰ ਤਰ੍ਹਾਂ ਨਾਲ ਤੁਹਾਡਾ ਫਾਇਦਾ ਦੇਵੇ, ਤਾਂ ਇਸ ਦੇ ਲਈ ਆਪਣੇ ਇਸ਼ਟ 'ਤੇ ਮੱਥਾ ਜ਼ਰੂਰ ਟੇਕਣਾ, ਮੱਥੇ 'ਤੇ ਦੁੱਧ 'ਚ ਕੇਸਰ ਪਾ ਕੇ ਅੱਜ ਤੁਸੀਂ ਮੱਥੇ 'ਤੇ ਲਗਾ ਲੈਣਾ ਹੈ, ਜਿਸ ਨਾਲ ਸ਼ੁੱਭ ਫਲ ਜ਼ਰੂਰ ਅਤੇ ਇਹ ਗ੍ਰਹਿ ਜੋ ਇਨਕਮ ਸਥਾਨ ਵਿੱਚ ਜੁਤੀ ਬਣੀ ਹੈ ਸ਼ੁੱਭ ਫਲ ਦੇ ਜਾਣਗੇ। ਸ਼ੁੱਭ ਰੰਗ ਰਹੇਗਾ ਅੱਜ ਤੁਹਾਡਾ ਗ੍ਰੇ ਕਲਰ ਅਤੇ ਸ਼ੁੱਭ ਨੰਬਰ ਰਹਿਣ ਵਾਲਾ ਹੈ ਜੀ ਅੱਜ 6 ਨੰਬਰ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਚੰਦਰ ਤੇ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਬਣਿਆ 10ਵੇਂ ਸਥਾਨ ਵਿੱਚ। ਸ਼ੁੱਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ, ਤਾਂ ਇਸ ਕਰਕੇ ਅੱਖਾਂ ਬੰਦ ਕਰਕੇ ਕਿਸੇ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਥੋੜ੍ਹੇ ਕਲੋਜ਼ਲੀ ਰਿਸ਼ਤੇ ਜਾਂ ਥੋੜ੍ਹੀ ਐਲੀਗੇਸ਼ਨ ਤੋਹਮਤ ਕਿਸੇ ਪਾਸਿਓਂ ਲੱਗ ਸਕਦੀ ਹੈ। ਥੋੜ੍ਹਾ ਉਹ ਕਹਿੰਦੇ ਆ ਨਾ ਕਿ ਬਚਾਅ 'ਚ ਹੀ ਬਚਾਅ, ਤਾਂ ਥੋੜ੍ਹਾ ਬਚਾਅ ਰੱਖੋ। ਹਰ ਕਿਸੇ ਦੇ ਮਸਲੇ ਵਿੱਚ ਆਪਣੇ ਵਿਚਾਰ ਨਾ ਦਿਓ, ਨਾ ਹੀ ਬੋਲੋ ਤਾਂ ਚੰਗਾ। ਕੁਛ ਮੁੱਦਿਆਂ 'ਤੇ ਅੱਜ ਸਾਇਲੈਂਟ ਮੋਡ ਵਿੱਚ ਰਹਿਣਾ ਚਾਹੀਦਾ। ਸ਼ੁੱਕਰ ਦਾ ਨਕਸ਼ਤਰ ਸ਼ੁੱਭ ਫਲ ਦੇਵੇ, ਕੰਨਾਂ ਪਿੱਛੇ ਇਤਰ ਲਗਾ ਲਓ ਅਤੇ ਨਾਲ ਹੀ ਅੱਜ ਤੁਸੀਂ ਜੋ ਹੈ ਬਰਾਊਨ ਰੰਗ ਪਹਿਨੋ ਅਤੇ ਸ਼ੁੱਭ ਨੰਬਰ ਤੁਹਾਡਾ ਰਹੇਗਾ 5। ਲੀਓ ਯਾਨੀ ਸਿੰਘ ਰਾਸ਼ੀ, ਸਿੰਘ ਰਾਸ਼ੀ ਵਾਲਿਆਂ ਦਾ ਜੋ ਮਿੱਤਰ ਗ੍ਰਹਿ ਨੇ ਉਹਨਾਂ ਦੀ ਐਨਰਜੀ ਸ਼ੁੱਭਤਾ ਨਾਲ ਮਿਲੇ। ਜਿੱਦਾਂ ਕਿਸਮਤ ਦਾ ਮਾਲਕ ਹੈ ਜੀ ਉਹ ਸ਼ਨੀ ਨਾਲ ਬੈਠਾ ਹੋਇਆ ਅਤੇ ਬ੍ਰਹਸਪਤ ਜੋ ਹੈ ਉਹ ਅੱਜ ਗੱਜ ਕੇ ਸ੍ਰੀ ਯੋਗ ਜੋ ਤੁਹਾਡੀ ਜੁੱਤੀ ਬਣੀ ਹੋਈ ਹੈ ਚੰਦਰਮਾ ਦੀ, ਅਤੇ ਸ਼ੁੱਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ। ਇਸ ਕਰਕੇ ਸੰਭਲ ਸੰਭਲ ਕੇ ਸਿੰਘ ਰਾਸ਼ੀ ਵਾਲਿਆਂ ਨੂੰ ਵੀ ਚੱਲਣਾ ਚਾਹੀਦਾ। ਥੋੜ੍ਹੀ ਸਿਹਤ ਖਰਾਬ ਹੋ ਸਕਦੀ ਆ ਕਿਉਂਕਿ ਸੂਰਜ ਰਾਹੂ ਦੀ ਜੁੱਤੀ 8ਵੇਂ ਸਥਾਨ ਵਿੱਚ, ਪੇਟ ਦੀ ਪ੍ਰੋਬਲਮ, ਦੰਦਾਂ ਦੀ ਪ੍ਰੋਬਲਮ ਥੋੜ੍ਹੀ ਪਰੇਸ਼ਾਨ ਤੁਹਾਨੂੰ ਫਿਰ ਤੋਂ ਦੁਬਾਰਾ ਕਰ ਸਕਦੀ ਹੈ। ਤੁਸੀਂ ਵੀ ਅੱਜ ਬਹਿਸਬਾਜ਼ੀ ਤੋਂ ਬਚਣਾ ਹੈ, ਨੁਕਤਾਚੀਨੀ ਤੋਂ ਖਾਸ ਤੌਰ 'ਤੇ ਬਚਣਾ ਹੈ, ਹਰ ਕਿਸੇ 'ਚ ਨੁਕਤਾਚੀਨੀ ਤੋਂ ਬਚੋ ਅਤੇ ਨਾਲ ਹੀ ਅੱਜ ਔਰੇਂਜ ਰੰਗ ਪਹਿਨੋ ਅਤੇ ਸ਼ੁੱਭ ਨੰਬਰ ਤੁਹਾਡਾ ਰਹੇਗਾ 3 ਨੰਬਰ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰਿਆਂ ਦੇ ਹਿਸਾਬ ਨਾਲ ਸ਼ੁੱਕਰ ਦਾ ਨਕਸ਼ਤਰ ਹੈ ਜੀ ਅਤੇ ਸ਼ੁੱਕਰ ਤੁਹਾਡੇ ਲਗਨ ਦਾ ਤੁਹਾਡੀ ਕਿਸਮਤ ਦਾ ਮਾਲਕ ਹੈ। ਕੰਨਿਆ ਰਾਸ਼ੀ ਵਾਲਿਆਂ ਦੇ 7 ਨੰਬਰ ਧਨ ਅਤੇ ਕਿਸਮਤ ਹੈ, ਦੋਨਾਂ ਲਈ ਸਿਤਾਰੇ ਸ਼ੁੱਭ ਹੋਏ। ਪ੍ਰੋਪਰਟੀ ਤੋਂ ਚੰਗਾ ਫਾਇਦਾ ਹੋ ਸਕਦਾ, ਤੁਹਾਨੂੰ ਤੁਹਾਡੀ ਸਲਾਹ ਲਈ ਜਾ ਸਕਦੀ ਹੈ ਹਰ ਕਿਤੇ ਕੰਮ ਦੇ ਲਈ, ਜਿਸ ਕਰਕੇ ਮਾਨ ਪ੍ਰਤਿਸ਼ਠਾ ਵਿੱਚ ਵਾਧਾ ਹੀ ਆਪਾਂ ਕਹਿ ਸਕਦੇ ਹਾਂ ਹੋਏਗਾ। ਉੱਚ ਦਾ ਸ਼ੁੱਕਰ ਚੰਗਾ ਨੇਮ ਫੇਮ ਵਧਾਏਗਾ ਅਤੇ ਘਰ ਪਰਿਵਾਰ ਵਿੱਚ ਵੀ ਇੱਜ਼ਤ ਮਾਣ ਵਧੇਗਾ। ਵਿਆਹ ਸ਼ਾਦੀ ਲਈ ਵੀ ਸਿਤਾਰੇ ਸ਼ੁੱਭ ਨੇ, ਚੰਦਰ 8ਵੇਂ ਸਥਾਨ ਵਿੱਚ ਹੈ, ਤਾਂ ਇਸ ਕਰਕੇ ਆਪਣੀ ਸੋਚ ਨੂੰ ਥੋੜ੍ਹੀ ਵਿਸ਼ਾਲ ਰੱਖੋਗੇ ਤਾਂ ਸਮਝੋ ਜ਼ਿਆਦਾ ਫਾਇਦਾ ਹੋ ਸਕਦਾ ਹੈ। ਪੁਰਾਣੇ ਹੋਏ ਨੁਕਸਾਨ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ, ਉਸਦੀ ਵਜ੍ਹਾ ਨਾਲ ਉਦਾਸ ਨਹੀਂ ਹੋਣਾ, ਹਲਕਾ ਮਿਊਜ਼ਿਕ ਸੁਣ ਲੈਣਾ, ਸਿਤਾਰੇ ਅੱਛੇ ਹੋ ਜਾਣਗੇ ਅਤੇ ਹੋਰ ਜ਼ਿਆਦਾ ਵਧੀਆ ਫਲ ਤੁਹਾਨੂੰ ਮਿਲ ਜਾਏਗਾ। ਕਲਰ ਕੋਈ ਵੀ ਪਹਿਨ ਸਕਦੇ ਹੋ ਪਰ ਅੱਜ ਰੈੱਡ ਕਲਰ ਤੋਂ ਪਰਹੇਜ਼ ਰੱਖਣਾ ਹੈ ਅਤੇ ਸ਼ੁੱਭ ਨੰਬਰ ਰਹੇਗਾ ਤੁਹਾਡਾ 7 ਨੰਬਰ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਦੇ ਸਿਤਾਰੇ ਜੀ, ਵਿਆਹ ਸ਼ਾਦੀ ਲਈ ਚੰਗੇ, ਪੈਸੇ ਲਈ ਚੰਗੇ, ਧਨ ਲਈ ਚੰਗੇ, ਕਾਰੋਬਾਰ ਲਈ ਚੰਗੇ, ਖਾਸ ਤੌਰ 'ਤੇ ਫਾਇਨਾਂਸ ਦਾ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੇ ਕੰਮ ਵਿੱਚ ਭਰਪੂਰ ਫਾਇਦਾ ਹੋਏਗਾ। ਨਾਲ ਹੀ ਸ਼ੁੱਕਰ ਜੋ ਹੈ ਉੱਚ ਦਾ ਚੱਲ ਰਿਹਾ 6ਵੇਂ ਸਥਾਨ ਵਿੱਚ, ਵਿਰੋਧੀ ਵੀ ਦਬੇ ਰਹਿਣਗੇ। ਥੋੜ੍ਹਾ ਲੱਤਾਂ ਵਿੱਚ ਦਰਦ ਸੂਰਜ ਰਾਹੂ ਅਤੇ ਬੁੱਧ ਦੀ ਜੁਤੀ ਕਰਕੇ ਹੋ ਸਕਦਾ, ਤਾਂ ਉਸਦੇ ਲਈ ਕੀੜੀਆਂ ਨੂੰ ਸ਼ੱਕਰ ਆਟਾ ਪਾ ਸਕਦੇ ਹੋ ਤੁਸੀਂ
ਨਾਲ ਸ਼ੁਭ ਰੰਗ ਤੁਹਾਡਾ ਰਹੇਗਾ ਅੱਜ ਬਰਾਊਨ ਕਲਰ ਤੇ ਸ਼ੁਭ ਨੰਬਰ ਰਹੇਗਾ 9 ਨੰਬਰ। ਸਕੋਰਪੀਓ ਜਾਨੀ ਵ੍ਰਿਸ਼ਚਿਕ ਰਾਸ਼ੀ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਜੀ ਤੇ ਗੁਰੂ ਚੰਦਰ ਦਾ ਗਾਜ ਕੇਸਰੀ ਯੋਗ ਕਿਸਮਤ ਤੇ ਧਨ ਦਾ ਮਾਲਕ 6ਵੇਂ ਸਥਾਨ ਵਿੱਚ ਚਲੇ ਗਏ। ਇਸ ਕਰਕੇ ਕਿਸੇ ਨੂੰ ਪੈਸੇ ਉਧਾਰ ਦੇਣ ਤੋਂ ਪਹਿਲਾਂ 10 ਵਾਰ ਸੋਚ ਲੈਣਾ ਚਾਹੀਦਾ ਹੈ, ਮਤਲਬ ਉਧਾਰ ਦੇਣ ਤੋਂ ਬਚਣਾ ਚਾਹੀਦਾ ਹੈ। ਪੈਸੇ ਦਾ ਲੈਣ ਦੇਣ ਬਹੁਤ ਧਿਆਨ ਨਾਲ ਕਰੋ, ਪੇਪਰ ਵਰਕ ਵੀ ਬਹੁਤ ਧਿਆਨ ਨਾਲ ਕਰੋ। ਤੁਹਾਡੀਆਂ ਕੀਤੇ ਚੰਗੇ ਕੰਮ ਵੀ ਤੁਹਾਨੂੰ ਲੱਗੇਗਾ ਕਿ ਥੋੜ੍ਹਾ ਕਨਫਿਊਜ਼ ਕਰ ਦੇਣਗੇ, ਡਿਸੀਜ਼ਨ ਲੈਣ ਵਿੱਚ ਥੋੜ੍ਹੀ ਪ੍ਰੋਬਲਮ ਹੋ ਸਕਦੀ। ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਤੇ ਕੋਸ਼ਿਸ਼ ਕਰਨੀ ਹੈ ਜੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਨੇ, ਕਿਉਂਕਿ ਜੋ ਨਕਸ਼ਤਰ ਹੈ ਸ਼ੁੱਕਰ ਦਾ ਹੈ, ਥੋੜ੍ਹੀ ਸ਼ੋਪਿੰਗ ਨੂੰ ਮਨ ਕਰ ਰਿਹਾ, ਬਿਨਾਂ ਬਚਾ ਤੋਂ ਖਰਚੇ ਕਰਨੇ, ਆਰਥਿਕ ਸਥਿਤੀ ਨੂੰ ਡਾਵਾਡੋਲ ਕਰਨਗੇ, ਜਿਸ ਦੀ ਵਜ੍ਹਾ ਨਾਲ ਬਾਅਦ ਵਿੱਚ ਪਰੇਸ਼ਾਨੀ ਖੜੀ ਹੋ ਸਕਦੀ। ਤਾਂ ਕੀ ਕਰਨਾ ਤੇ ਤੁਸੀਂ ਅੱਜ ਹਲਦੀ ਥੋੜ੍ਹੀ ਜਿਹੀ ਧਾਰਮਿਕ ਸਥਾਨ ਤੇ ਦੇਣੀ ਹੈ, ਹਲਦੀ ਰੰਗਾ ਹੀ ਰੰਗ ਪਾਉਣਾ ਹੈ, ਮਤਲਬ ਕਿ ਲੈਮਨ ਕਲਰ ਪੀਲਾ ਰੰਗ ਤੁਸੀਂ ਅੱਜ ਪਾ ਸਕਦੇ ਹੋ। ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਸ਼ੁਭ ਨੰਬਰ ਤੁਹਾਡਾ ਰਹੇਗਾ ਅੱਜ 4। ਅਗਲੀ ਰਾਸ਼ੀ ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਦਾ ਜੋ ਨਕਸ਼ਤਰ ਚੱਲ ਰਿਹਾ ਉਹ ਮਿੱਤਰ ਨਾ ਹੋਣ ਕਰਕੇ ਸ਼ੁੱਕਰ ਜੋ ਹੈ ਉਹ ਤੁਹਾਡੇ ਮਾਲਕ ਹੈ 6ਵੇਂ ਖਾਨੇ ਦਾ। ਰੋਗ ਬਿਮਾਰੀ ਦੀ ਚਿੰਤਾ ਥੋੜ੍ਹੀ ਪਰੇਸ਼ਾਨ ਕਰੇਗੀ, ਨਾਲ ਹੀ ਕਿਉਂਕਿ ਇਨਕਮ ਦਾ ਮਾਲਕ ਵੀ ਹੈ ਤਾਂ ਕਾਫੀ ਜ਼ਿਆਦਾ ਉਮੀਦ ਕੀਤੀ ਸੀ ਜ਼ਿਆਦਾ ਇਨਕਮ ਲਈ, ਪਰ ਆਈ ਥੋੜ੍ਹੀ, ਯਾਨੀ ਭੱਜ ਨੱਠ ਜ਼ਿਆਦਾ, ਰਿਜ਼ਲਟ ਥੋੜ੍ਹਾ ਘੱਟ ਮਿਲੇਗਾ। ਇੱਦਾਂ ਦੀ ਥੋੜ੍ਹੀ ਪਰੇਸ਼ਾਨੀ ਤੁਹਾਨੂੰ ਅੱਜ ਰਹੇਗੀ। ਦੁਕਾਨਦਾਰੀ ਕੰਮ ਕਰਨ ਵਾਲਿਆਂ ਦੇ ਲਈ ਜਿੱਦਾਂ ਸੋਸ਼ਲ ਮੀਡੀਆ 'ਚ ਕੰਮ ਕਰਨ ਵਾਲਿਆਂ ਦੇ ਸਿਤਾਰੇ ਬਿਲਕੁਲ ਅੱਛੇ ਆ, ਸੋਚ ਸਥਾਨ ਵਿੱਚ ਬੈਠਾ ਹੋਇਆ ਗੱਜ ਕੇ ਸ੍ਰੀ ਯੋਗ ਸੋਚ ਤੇ ਕੰਮ ਨੂੰ ਅਪ ਹੀ ਕਰੇਗਾ ਤੇ ਨਵੇਂ ਆਈਡੀਆਜ਼ ਵੀ ਤੁਹਾਡੇ ਪੂਰੀ ਤਰ੍ਹਾਂ ਨਾਲ ਕੰਮ ਆਉਣਗੇ। ਸ਼ੁਭ ਰੰਗ ਰਹੇਗਾ ਗ੍ਰੇ ਤੇ ਸ਼ੁਭ ਨੰਬਰ ਰਹੇਗਾ ਤੁਹਾਡਾ 9 ਨੰਬਰ। ਅਗਲੀ ਰਾਸ਼ੀ ਕੈਪਰੀਕੋਨ ਯਾਨੀ ਮਕਰ ਰਾਸ਼ੀ, ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਤੁਹਾਡੇ ਲਗਨ ਦਾ ਮਾਲਕ 2ਵੇਂ ਸਥਾਨ ਵਿੱਚ, ਚੰਦਰ ਤੁਹਾਡੇ ਬਿਜ਼ਨਸ ਕੰਮ ਕਾਰ ਦਾ ਮਾਲਕ ਬੈਠਾ ਸੁੱਖ ਸਥਾਨ ਵਿੱਚ, ਤਾਂ ਸੁੱਖਾਂ ਲਈ ਕੰਮ ਲਈ ਸਿਤਾਰੇ ਕੋਈ ਸ਼ੁਭ। ਥੋੜ੍ਹਾ ਵਾਹਨ ਧਿਆਨ ਨਾਲ ਚਲਾਓ, ਸ਼ੁੱਕਰ ਦਾ ਨਕਸ਼ਤਰ ਜੋ ਚੱਲ ਰਿਹਾ ਵੈਸੇ ਮਿੱਤਰ ਹੀ ਹੈ, ਸਰਕਾਰੀ ਤੌਰ 'ਤੇ ਪ੍ਰਤਿਸ਼ਠਾਵਾਨ ਲੋਕਾਂ ਨਾਲ ਕੋਈ ਮੀਟਿੰਗ ਹੋ ਸਕਦੀ ਆ ਅਤੇ ਕੋਈ ਤੁਹਾਡਾ ਅਹੁਦਾ ਵੱਧ ਸਕਦਾ ਜਾਂ ਅਹੁਦੇ ਦੀ ਕੋਈ ਔਫਰ ਮਿਲ ਸਕਦੀ ਆ, ਅਤੇ ਉਹਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਅੱਛੇ ਚੱਲ ਰਹੇ ਆ। ਘਰ ਵਿੱਚ ਜੋ ਵੀ ਇਲੈਕਟ੍ਰੋਨਿਕ ਸਮਾਨ ਖਰਾਬ ਹੈ ਉਸਨੂੰ ਸਹੀ ਕਰ ਲਓ, ਨਹੀਂ ਤਾਂ ਸੂਰਜ ਰਾਹੂ ਦੀ 3ਵੇਂ ਸਥਾਨ ਵਿੱਚ ਜੁੱਤੀ ਆ ਸ਼ੁਭ ਫਲ ਦੇ ਦੇਵੇਗੀ। ਤਾਂ ਸ਼ੁਭ ਫਲ ਲੈਣ ਦੇ ਲਈ ਰਾਹੂ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ। ਜੌਂ ਦੁੱਧ ਅੱਜ ਜਲ ਪ੍ਰਵਾਹ ਕਰੋ, ਮੱਥੇ 'ਤੇ ਦੁੱਧ ਲਾਓ। ਸ਼ੁਭ ਰੰਗ ਰਹੇਗਾ ਅੱਜ ਤੁਹਾਡਾ ਡਾਰਕ ਜਾਮਨੀ ਕਲਰ ਅਤੇ ਸ਼ੁਭ ਨੰਬਰ ਰਹੇਗਾ ਅੱਜ 3 ਨੰਬਰ। ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਥੋੜ੍ਹਾ ਸਿਰ ਵਿੱਚ ਦਰਦ ਰਹੇਗਾ, ਸਿਹਤ ਲਈ ਸਿਤਾਰੇ ਢਿੱਲੇ ਰਹਿਣਗੇ, ਕੰਮਕਾਰ ਬਿਜ਼ਨਸ ਲਈ ਬਿਲਕੁਲ ਅੱਛਾ, ਕਿਤੇ ਦੂਰ ਜਾ ਕੇ ਕੰਮ ਕਰਨ ਜਾਂ ਨੌਕਰੀ ਕਰਨ ਦੀ ਔਫਰ ਤੁਹਾਨੂੰ ਮਿਲ ਰਹੀ ਹੈ ਤਾਂ ਜ਼ਰੂਰ ਕਰ ਸਕਦੇ ਹੋ, ਸਿਤਾਰਿਆਂ ਦਾ ਪੂਰਾ ਪੂਰਾ ਸਾਥ ਮਿਲ ਜਾਏਗਾ। ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਹੈ ਨਹੀਂ ਹੈ। ਵਾਰ ਵਾਰ ਪਾਣੀ ਦਾ ਸੇਵਨ ਜ਼ਿਆਦਾ ਕਰੋ, ਕਿਉਂਕਿ ਮੰਗਲ ਸ਼ਨੀ ਦੀ ਐਨਰਜੀ ਜ਼ਿਆਦਾ ਗਰਮੀ ਦੇ ਸਕਦੀ ਹੈ, ਸਿਹਤ ਖਰਾਬ ਕਰ ਸਕਦੀ ਹੈ। ਸ਼ੁਭ ਰੰਗ ਅਸਮਾਨੀ ਰਹੇਗਾ, ਸ਼ੁਭ ਨੰਬਰ 8 ਨੰਬਰ। ਅਗਲੀ ਰਾਸ਼ੀ ਪਾਈਸਿਸ ਯਾਨੀ ਮੀਨ ਰਾਸ਼ੀ ਵਾਲੇ, ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਸੂਰਜ, ਬੁੱਧ, ਸ਼ੁੱਕਰ ਤੇ ਰਾਹੂ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ 2ਵੇਂ ਸਥਾਨ ਵਿੱਚ, ਕੀਰਤਨ ਸੁਣਨ ਵਿੱਚ ਮਨ ਕਰੇਗਾ, ਕੋਈ ਧਾਰਮਿਕ ਫੰਕਸ਼ਨ ਅਟੈਂਡ ਕਰਨ ਦਾ ਮੌਕਾ ਮਿਲੇਗਾ, ਸਮਾਜਿਕ ਤੌਰ 'ਤੇ ਦੂਜੇ ਦੀ ਮਦਦ ਕਰੋਗੇ ਅਤੇ ਜਿਸ ਦੇ ਨਾਲ ਮਨ ਵੀ ਖੁਸ਼ ਰਹੇਗਾ, ਯਾਨੀ ਸਮਾਜਿਕ ਤੌਰ 'ਤੇ ਦੂਜਿਆਂ ਦੀ ਕੀਤੀ ਮਦਦ ਨੇਮ ਫੇਮ ਲਈ ਵੀ ਚੰਗੀ ਹੈ, ਕੰਮ ਕਾਰ ਲਈ ਵੀ ਚੰਗੀ ਹੈ, ਯਾਨੀ ਇੱਕ ਮਨ ਨੂੰ ਸਕੂਨ ਜਿਹਾ ਰਹੇਗਾ ਕਿ ਕਿਸੇ ਦੀ ਮਦਦ ਕੀਤੀ, ਕਿਸੇ ਨੂੰ ਚੰਗੀ ਸਲਾਹ ਦਿੱਤੀ।
ਤਾਂ ਇਹ ਸੂਰਜ ਤੇ ਬੁੱਧ ਦੀ ਜੁੱਤੀ ਕਰਕੇ ਵੀ ਆ ਤੇ ਗੁਰੂ ਚੰਦਰ ਤੇ ਗਜ ਕੇਸਰੀ ਯੋਗ ਕਰਕੇ ਵੀ, ਦੁੱਧ ਚ ਸ਼ਹਿਦ ਪਾ ਕੇ ਪੀਓ ਤੇ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰੋ, ਸਿਤਾਰਿਆਂ ਦਾ ਸ਼ੁਭ ਫਲ ਹੋਰ ਅੱਛਾ ਹੋ ਜਾਏਗਾ, ਸਿਹਤ ਵੀ ਅੱਛੀ ਹੋਣੀ ਸ਼ੁਰੂ ਹੋ ਜਾਏਗੀ, ਨਾਲ ਹੀ ਸ਼ੁਭ ਰੰਗ ਤੁਹਾਡਾ ਅੱਜ ਦੇ ਦਿਨ ਰਵੇਗਾ ਜੀ ਮੈਰੂਨ ਕਲਰ, ਤੇ ਨਾਲ ਸ਼ੁਭ ਨੰਬਰ ਰਵੇਗਾ 4। ਇਹ ਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਗ੍ਰਹਿਾਂ ਮੁਤਾਬਕ, ਗ੍ਰਹਿ ਗੋਚਰ ਨਕਸ਼ਤਰ ਮੁਤਾਬਕ, ਗ੍ਰਹਿਾਂ ਦੀ ਚੱਲ ਰਹੀ ਸਥਿਤੀ ਮੁਤਾਬਕ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ, ਇਸ ਤੇ ਆਪਾਂ ਚਰਚਾ ਕੀਤੀ। ਵਾਸਤੂ ਦੇ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਛੋਟੀਆਂ ਚੀਜ਼ਾਂ, ਵਸਤੂਆਂ ਦਾ ਸਹੀ ਹੋਣਾ ਬਹੁਤ ਮਾਇਨੇ ਰੱਖਦਾ ਹੈ ਜੀ, ਜਿਸ ਜਗ੍ਹਾ ਤੇ ਸੌਂਦੇ ਹਾਂ, ਜਿੱਥੇ ਬੈਠ ਕੇ ਖਾਂਦੇ ਹਾਂ। ਕਈ ਵਾਰੀ ਤੁਸੀਂ ਰਾਤ ਨੂੰ ਸੌਂਦੇ ਹੋ ਤੇ ਸਵੇਰੇ ਉੱਠਿਆ ਹੀ ਨਹੀਂ ਜਾਂਦਾ, ਆਮ ਜੀ ਗੱਲ ਹੈ ਕਿ ਉੱਠਿਆ ਨਹੀਂ ਜਾਂਦਾ ਜਾਂ ਸਰੀਰ ਵਿੱਚੋਂ ਐਨਰਜੀ ਜੀ ਖਤਮ ਹੁੰਦੀ ਹੈ ਤੇ ਵਾਰ ਵਾਰ ਪੈਣ ਨੂੰ ਜੀ ਕਰਦਾ। ਚੈੱਕ ਕਰੋ ਕਿਤੇ ਤੁਸੀਂ ਡਿਸਪੋਜ਼ਲ ਜ਼ੋਨ 'ਚ ਤੇ ਨਹੀਂ ਪੈ ਰਹੇ, ਕਿਤੇ ਤੁਹਾਡਾ ਸਿਰ ਪੂਰਬ ਦੀ ਬਜਾਏ ਉੱਤਰ ਦਿਸ਼ਾ ਵੱਲ ਤੇ ਨਹੀਂ ਹੈ, ਜਾਂ ਜਿਸ ਜਗ੍ਹਾ ਤੇ ਤੁਸੀਂ ਪੈ ਰਹੇ ਹੋ ਉਸ ਜਗ੍ਹਾ ਤੇ ਉੱਪਰ ਛੱਤ ਤੇ ਕੋਈ ਬੀਮ ਤਾਂ ਨਹੀਂ ਹੈ, ਜਾਂ ਛੱਤ ਦੇ ਉੱਪਰ ਕੋਈ ਕਬਾੜ ਤੇ ਨਹੀਂ ਪਿਆ। ਇਹ ਚੈੱਕ ਕਰੋ ਜ਼ਰੂਰ, ਕਿਉਂਕਿ ਇਹ ਚੀਜ਼ਾਂ ਤੁਹਾਡੀ ਸਰੀਰਕ ਐਨਰਜੀ ਨੂੰ ਖਤਮ ਕਰਨ, ਠੀਕ। ਤਾਂ ਇਹਦੇ ਨਾਲ ਕੀ ਹੋਏਗਾ, ਸਰੀਰ ਚੁਸਤ ਰਹੇਗਾ। ਅਗਰ ਇਹ ਚੀਜ਼ਾਂ ਨਹੀਂ ਕਰਦੇ ਤਾਂ, ਅਗਰ ਤੁਹਾਨੂੰ ਲੱਗਦਾ ਕਿ ਇੱਦਾਂ ਦੀ ਤੁਹਾਡੇ ਸਰੀਰ ਵਿੱਚ ਪ੍ਰੋਬਲਮ ਹੈ, ਤਾਂ ਕਿਤੇ ਨਾ ਕਿਤੇ ਵਾਸਤੂ ਮੁਤਾਬਕ ਹੀ ਜੋ ਚੀਜ਼ਾਂ ਨੇ ਉਹ ਸਹੀ ਨਹੀਂ, ਤਾਂ ਆਪਣੇ ਸੌਣ ਦੀ ਦਿਸ਼ਾ ਬਦਲੋ, ਆਪਣੇ ਆਲੇ ਦੁਆਲੇ ਸਫਾਈ ਰੱਖੋ ਅਤੇ ਛੱਤ ਵੀ ਸਾਫ਼ ਰੱਖੋ, ਬੀਮ ਨੀਚੇ ਬਿਲਕੁਲ ਨਾ ਸੌਵੋ, ਤਾਂ ਸਰੀਰ ਦੀ ਐਨਰਜੀ ਬਰਕਰਾਰ ਰਹੇਗੀ, ਨੀਂਦ ਵੀ ਅੱਛੀ ਆਏਗੀ। ਇਸੀ ਵਾਸਤੂ ਟਿਪ ਸਮਾਂ ਇਜਾਜ਼ਤ ਦਾ, ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁਭ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ, ਮਿਲਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।